ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਅਤੇ ਮੈਂ ਹਾਂ ਜੱਜ ਸਿੰਘ ਚਾਹਲ। ਪੰਜਾਬ ਦੇ ਵਿੱਚ ਲਗਭਗ 4 ਸਾਲ ਪਹਿਲਾਂ ਤੋਂ ਇੱਕ ਹੀ ਮੁੱਦੇ 'ਤੇ ਸਿਆਸਤ ਚੱਲਦੀ ਆਉਂਦੀ ਹੈ ਅਤੇ ਉਹ ਹੈ ਬੇਅਦਬੀ ਦਾ ਮੁੱਦਾ। ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰ ਕਹਿੰਦੇ ਸਨ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਾਦਲਾਂ ਨੂੰ ਤੰਗ ਕਰਨ ਦੇ ਲਈ SIT ਦਾ ਮੈਂਬਰ ਬਣਾਇਆ ਗਿਆ, ਜ਼ਿੰਮੇਵਾਰੀ ਦਿੱਤੀ ਗਈ ਹੈ। ਪਰ ਹੁਣ SIT ਦੇ ਬਾਕੀ ਮੈਂਬਰਾਂ ਨੇ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਇਸ ਬਾਰੇ ਕੀ ਕਹਿਣਾ ਵਿਰੋਧੀ ਧਿਰਾਂ ਦਾ, ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾਉਂਦੇ ਹਾਂ। ਵਿਰੋਧੀ ਧਿਰ ਦੇ ਨੇਤਾ ਦਾ ਕੀ ਕਹਿਣਾ ਪਹਿਲਾਂ ਉਹ ਸੁਣ ਲੈਂਦੇ ਹਾਂ। ਸਿਆਸਤ ਦੇ ਵਿੱਚ ਹਮੇਸ਼ਾ ਲੋਕ ਜਿਹੜੇ ਹੈਗੇ ਨੇਗੇ ਘਟੀਆ ਪੱਧਰ ਤੇ ਉਤਰੇ ਆਉਂਦੇ ਨੇ। 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਜਿਹੜੀ ਸਿੱਟ ਬਣੀ ਆ ਉਹ ਸਿੱਟ ਹੁਣ ਜਿਹੜੀ ਦੁਫਾਰ ਦਿਖਾਈ ਦਿੰਦੀ ਆ। ਉਹਦਾ ਕੰਮ ਕੀ ਆ ਵੀ ਕਿਸ ਤਰ੍ਹਾਂ ਬਾਦਲ ਪਰਿਵਾਰ ਨੂੰ ਲਾਭ ਪਹੁੰਚਾਉਣਾ, ਕਿਸ ਤਰ੍ਹਾਂ ਉਹਨਾਂ ਦੋਸ਼ੀਆਂ ਨੂੰ ਲਾਭ ਪਹੁੰਚਾਉਣਾ ਜਿਹੜੇ ਦੋਸ਼ੀ ਇਸ ਕੰਮ 'ਚ ਇਨਵੋਲਵ ਸੀਗੇ। ਸੋ ਉਸ ਨੂੰ ਲਾਭ ਪਹੁੰਚਾਉਣ ਦੇ ਤਹਿਤ ਹੀ ਜਿਹੜੀ ਸਾਜਿਸ਼ ਰਚ ਕੇ ਸਿੱਟ ਨੇ 2 ਵਾਰ ਹੋਰ ਦਾ ਸੰਕੇਤ ਦਿੱਤਾ ਗਾ। ਜਿਹੜਾ ਲੈਟਰ ਲਿਖਿਆ ਸੀ SIM ਸਾਹਿਬ ਨੂੰ ਉਹ ਇਸੇ ਗੱਲ ਦਾ ਸੰਕੇਤ ਆ, ਤਾਂ ਕਿ ਉਹ ਕੱਲ੍ਹ ਨੂੰ ਅਦਾਲਤ ਦੇ ਵਿੱਚ ਜਾ ਕੇ ਉਹਦਾ ਬੈਨੀਫਿਟ ਆ ਜਿਹੜਾ ਉਹਦਾ ਲਾਭ ਆ ਉਸ ਚਿੱਠੀ ਦਾ ਉਹ ਦੋਸ਼ੀਆਂ ਨੂੰ ਮਿਲ ਸਕੇ। ਸੋ ਇਹ ਬਹੁਤ ਵੱਡੀ ਸਾਜਿਸ਼ ਆ ਗਈ। ਇਹ ਕੈਪਟਨ ਸਾਹਿਬ, ਬਾਦਲ ਸਾਹਿਬ ਤੇ ਮੋਦੀ ਸਾਹਿਬ ਦੀ ਜਿਹੜੀ ਪੂਰੀ ਟੀਮ ਆ ਤਿੰਨਾਂ ਰਲ ਕੇ ਰਚੀ ਹੈ ਤਾਂ ਕਿ ਦੋਸ਼ੀਆਂ ਨੂੰ ਬਚਾਇਆ ਜਾਵੇ। ਕੁਝ ਅਜਿਹਾ ਹੀ ਬਿਆਨ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਵੀ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਕੈਪਟਨ ਅਮਰਿੰਦਰ ਸਿੰਘ ਨੇ SIT ਦੇ ਬਾਕੀ ਮੈਂਬਰਾਂ ਤੋਂ ਸ਼ਿਕਾਇਤ ਕਰਵਾਈ ਹੈ। ਕੀ ਇਲਜ਼ਾਮ ਨੇ ਖਹਿਰਾ ਦੇ, ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਸਾਡਾ ਇਹ ਮੰਨਣਾ ਵਾ ਕਿ ਇਹਨਾਂ ਦੀ ਮਰਜ਼ੀ ਦੇ ਨਾਲ ਇਹ SIT ਦੇ 4 ਮੈਂਬਰਸ ਨੇ IG ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਬਗਾਵਤ ਕੀਤੀ ਔਰ ਇੱਕ ਹੈਂਡਲ ਦਿੱਤਾ ਬਾਦਲਾਂ ਨੂੰ ਤੇ ਸੁਮੇਧ ਸਿੰਘ ਸੈਣੀ ਨੂੰ ਕਿ ਜਾਓ ਹੁਣ ਤੁਸੀਂ ਇਹ ਸਾਡੇ ਵਾਲੀ ਚਿੱਠੀ ਨੂੰ ਬਤੌਰ ਡਿਫੈਂਸ ਯੂਜ਼ ਕਰ ਲਿਓ, ਫਰੀਦਕੋਟ ਦੀ ਅਦਾਲਤ ਵਿੱਚ ਵੀ ਯੂਜ਼ ਕਰ ਲਿਓ, ਲੋੜ ਪਈ ਹਾਈਕੋਰਟ ਚਲੇ ਜਾਓ, ਲੋੜ ਪਈ ਸੁਪਰੀਮ ਕੋਰਟ ਚਲੇ ਜਾਓ ਤੇ ਆਪਣੇ ਆਪ ਨੂੰ ਕਲੀਨ ਚਿੱਟ ਦਵਾ ਦਿਓ। ਇਹਨੂੰ ਕਹਿੰਦੇ ਨੇ ਮਿਲੀ ਭੁਗਤ ਨਾਲ ਰਾਜਨੀਤੀ ਕਰਨਾ। ਅਸੀਂ ਜਿਹੜੇ ਪਹਿਲਾਂ ਇਲਜ਼ਾਮ ਲਾਉਂਦੇ ਸੀ ਉਹ ਗਲਤ ਨਹੀਂ ਸੀਗੇ ਕੋਈ ਵੀ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸ਼ਿਕਾਇਤ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਗੋ ਬਾਗ ਦਿਖਾਈ ਦਿੰਦਾ ਹੈ, ਕਿਉਂਕਿ ਉਹਨਾਂ ਦੇ ਜੋ ਇਲਜ਼ਾਮ ਸਨ ਉਹਨਾਂ ਤੇ ਮੋਹਰ ਲਗਭਗ ਲੱਗ ਚੁੱਕੀ ਹੈ। ਕੀ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਰਜੀਤ ਸਿੰਘ ਰੱਖੜਾ ਦਾ, ਤੁਸੀਂ ਵੀ ਸੁਣ ਲਓ। ਸਿੱਟ ਦਾ ਕੀ ਮਤਲਬ ਹੁੰਦਾ ਹੈ? ਇਹ ਸਿੱਟ ਇਕੱਲੀ ਇੱਥੇ ਨਹੀਂ ਬੈਠੀ ਹੈ, ਇਹ 84 ਦੇ ਦਗਾ ਜੀ ਬੈਠੇ ਆ। ਕਦੇ ਕਿਸੇ ਦਾ ਪੋਲੀਟੀਕਲ ਬਿਆਨ ਦੇਖਿਆ ਕਿਸੇ ਦਾ? ਇੱਕ ਇੱਥੇ ਹੀ ਹੈ ਕਿ ਜਿਹੜੇ ਸਿੱਟ ਦਾ ਇੱਕ ਨੁਮਾਇੰਦਾ ਹੈ ਉਹ ਬਿਆਨ ਪੋਲੀਟੀਕਲ ਬਿਆਨ ਦਿੰਦਾ, ਉਹ ਪ੍ਰੈਸ 'ਚ ਵੀ ਜਾਂਦਾ ਉਹ। ਅਤੇ ਦੂਜੀ ਗੱਲ, ਜਦੋਂ ਇਲੈਕਸ਼ਨ ਕਮਿਸ਼ਨ ਉਹਦੀ ਬਾਲੀ ਕਰਤੀ ਸੀ ਉਹ ਕੋਰਟ ਦੇ ਵਿੱਚ 23 ਤਰੀਕ ਨੂੰ ਚਲਾਨ ਪੇਸ਼ ਕਰਾਉਣਾ। ਇੱਥੋਂ ਪਤਾ ਲੱਗਦਾ ਹੈ ਕਿ ਜਿਹੜੀ ਉਹਦੀ ਸੋਚ ਹੈ ਉਹ ਮਾੜੀ ਸੋਚ ਹੈ, ਮਾੜੇ ਪਾਸੇ ਚੱਲਿਆ ਹੋਇਆ। ਦਰਅਸਲ ਕੁੰਵਰ ਵਿਜੇ ਪ੍ਰਤਾਪ ਸਿੰਘ SIT ਦੇ ਮੈਂਬਰ ਨੇ, 5 ਮੈਂਬਰੀ SIT ਹੈ ਅਤੇ ਉਸਦੇ ਪ੍ਰਧਾਨ ਨੇ, ਚੀਫ ਨੇ ਪ੍ਰਬੋਧ ਕੁਮਾਰ, ਪਰ ਸਭ ਤੋਂ ਐਕਟਿਵ ਮੈਂਬਰ ਇਸਦਾ ਮੰਨਿਆ ਜਾਂਦਾ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ। ਜਦੋਂ ਵੀ ਕੋਈ SIT ਬਾਰੇ ਕੋਈ ਜਾਣਕਾਰੀ ਦੇਣੀ ਹੁੰਦੀ ਹੈ ਮੀਡੀਆ ਨੂੰ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਮੀਡੀਆ ਨੂੰ ਸੰਬੋਧਨ ਕਰਦੇ ਨੇ। ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਸਵਾਲ ਚੁੱਕੇ ਸਨ ਕਿ ਕੋਈ SIT ਦਾ ਮੈਂਬਰ ਜੋ ਕਿ ਕਿਸੇ ਮਸਲੇ 'ਤੇ ਜਾਂਚ ਕਰ ਰਿਹਾ, ਗੰਭੀਰ ਮੁੱਦੇ 'ਤੇ ਜਾਂਚ ਕਰ ਰਿਹਾ, ਉਹ ਮੀਡੀਆ ਨੂੰ ਇਸ ਤਰ੍ਹਾਂ ਦੇ ਬਿਆਨ ਕਿਵੇਂ ਦੇ ਸਕਦਾ ਹੈ? ਦੂਜੇ ਵਿਰੋਧੀ ਪਾਰਟੀਆਂ ਦੇ ਪੋਲੀਟੀਕਲ ਲੀਡਰਾਂ ਦੇ ਨਾਮ ਕਿਵੇਂ ਲੈ ਸਕਦਾ ਹੈ? ਕਿਉਂਕਿ ਇੱਕ ਵਾਰ ਸੁਖਬੀਰ ਸਿੰਘ ਬਾਦਲ ਦਾ ਨਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਇੰਟਰਵਿਊ ਦਿੰਦੇ ਸਮੇਂ ਲੈ ਲਿਆ ਸੀ। ਉਸ ਤੋਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਤੜਫ ਉੱਠਿਆ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਇਹ ਬੰਦਾ ਤਾਂ ਲਾਇਆ ਹੀ ਕੈਪਟਨ ਨੇ ਬਾਦਲਾਂ ਨੂੰ ਤੰਗ ਕਰਨ ਦੇ ਲਈ ਹੈ, ਇਸ ਅਵਸਰ 'ਤੇ ਉਹਨਾਂ ਨੂੰ ਕੋਈ ਵੀ ਭਰੋਸਾ ਨਹੀਂ ਹੈ। ਹੁਣ ਬਾਕੀ ਦੇ 4 ਮੈਂਬਰਾਂ ਨੇ, ਕਿਉਂਕਿ 5 ਮੈਂਬਰੀ SIT ਹੈ ਅਤੇ ਸਭ ਤੋਂ ਜ਼ਿਆਦਾ ਐਕਟਿਵ ਕੁੰਵਰ ਵਿਜੇ ਪ੍ਰਤਾਪ ਸਿੰਘ ਸਨ, ਅਤੇ ਹੁਣ ਬਾਕੀ ਦੇ 4 ਮੈਂਬਰਾਂ ਨੇ ਮੰਨਿਆ ਜਾ ਰਿਹਾ ਕਿ ਸ਼ਿਕਾਇਤ ਕਰ ਦਿੱਤੀ ਹੈ ਮੁੱਖ ਮੰਤਰੀ ਦੇ ਕੋਲ ਵੀ ਅਤੇ DGP ਦੇ ਕੋਲ ਵੀ ਕਿ ਇਹ ਯਾਨੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜੋ SIT ਦੇ ਮੈਂਬਰ ਨੇ ਉਹ ਆਪ ਹੁਦਰੀਆਂ ਕਰਦੇ ਦਿਖਾਈ ਦਿੰਦੇ ਨੇ, ਬਾਕੀ ਮੈਂਬਰਾਂ ਦੀ ਨਹੀਂ ਮੰਨ ਰਹੇ। ਇਸ ਤੋਂ ਬਾਅਦ ਕਾਂਗਰਸ ਪਾਰਟੀ ਬੈਕਫੁੱਟ ਤੇ ਚਲੀ ਗਈ ਹੈ। ਵਿਰੋਧੀ ਪਾਰਟੀਆਂ ਕੈਪਟਨ ਅਤੇ ਬਾਦਲ ਦੋਨਾਂ ਦੇ ਮਿਲੇ ਹੋਣ ਦੀਆਂ ਗੱਲਾਂ ਆਖ ਰਹੇ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਬਾਗੋ ਬਾਗ ਹੈ ਕਿ ਜੋ ਅਸੀਂ ਇਲਜ਼ਾਮ ਲਾਉਂਦੇ ਸੀ ਕਿ ਕਾਂਗਰਸ ਪਾਰਟੀ ਦੇ ਕਹਿਣ ਤੇ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਕੰਮ ਕਰ ਰਹੇ ਨੇ, ਉਸ ਤੇ ਪੂਰੀ ਤਰ੍ਹਾਂ ਮੋਹਰ ਲੱਗਦੀ ਦਿਖਾਈ ਦਿੰਦੀ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਕੈਪਟਨ ਨੇ ਬਾਕੀ ਮੈਂਬਰਾਂ ਨੂੰ ਕਿਹਾ ਕਿ ਤੁਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸ਼ਿਕਾਇਤ ਕਰੋ ਤਾਂ ਜੋ ਅਕਾਲੀ ਦਲ ਕੋਰਟ ਦੇ ਵਿੱਚ ਜਾ ਕੇ ਕਹਿ ਸਕੇ ਕਿ ਇਸ ਦੇ ਬਾਕੀ ਮੈਂਬਰ ਇਸ ਦੇ ਨਾਲ ਸਹਿਮਤ ਨਹੀਂ, ਯਾਨੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਸਹਿਮਤ ਨਹੀਂ, ਤਾਂ ਫਿਰ ਇਸ ਦੀ ਜਾਂਚ ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ? ਯਾਨੀ ਕਿ ਬਾਦਲਾਂ ਨੂੰ ਬਚਾਉਣ ਦੇ ਲਈ, ਕੋਰਟ ਦੇ ਵਿੱਚ ਬਾਦਲਾਂ ਨੂੰ ਬਚਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਅਜਿਹਾ ਕਰ ਰਹੇ ਨੇ, ਜਾਣਬੁੱਝ ਕੇ ਸ਼ਿਕਾਇਤਾਂ ਕਰਵਾ ਰਹੇ ਨੇ, ਅਜਿਹਾ ਕਹਿਣਾ ਵਿਰੋਧੀ ਧਿਰਾਂ ਦਾ। ਤੇ ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ, ਦ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਾਜ਼ਿਸ਼ ਕੈਪਟਨ ਅਮਰਿੰਦਰ ਸਿੰਘ ਦੀ ਅਤੇ ਬਾਦਲਾਂ ਨੇ ਰਲ ਕੇ ਰਚੀ ਹੈ ਕਿ ਜਾਣਬੁੱਝ ਕੇ ਬਾਕੀ ਦੇ 4 ਮੈਂਬਰਾਂ ਤੋਂ ਸ਼ਿਕਾਇਤ ਕਰਵਾ ਦਿਓ ਅਤੇ ਕੋਰਟ ਦੇ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਅਜਿਹਾ ਕਹਿ ਸਕੇ ਕਿ ਇਸ ਤੇ ਤਾਂ ਆਪਣੇ ਮੈਂਬਰ, ਇਸ ਦੇ ਕੁਲੀਗ ਹੀ ਭਰੋਸਾ ਨਹੀਂ ਕਰਦੇ? ਇਸ ਦੀ ਜਾਂਚ ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ? ਯਾਨੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਵੱਡੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਜੋ ਕੀਤੀ ਹੈ, ਇਸ ਪਿੱਛੇ ਤੁਹਾਨੂੰ ਕੈਪਟਨ ਅਤੇ ਬਾਦਲ ਦੀ ਦੋਨਾਂ ਦੀ ਮਿਲੀ ਭੁਗਤ ਲੱਗਦੀ ਹੈ?
गुरु ग्रंथ साहब की बेअदबी ते बैबल कलां की जांच कर रही है उहदे बारे जो अहम डिवेलपमेंट्स हुई पिछले कुछ दिनों से उहदे बारे तुहाडे नाल चर्चा करना चाहुंदा सी। आपां सारे जाणदे हां कि पिछले काफ़ी अरसे तो गुरु ग्रंथ साहब की बेअदबी का बैबल कलां जो कतल होए सी दो सिख नौजवानों के उहदी उहदी 14 अक्टूबर 2015 तो जिहड़ा ये दो सिख नौजवान मारे गए उस तो बाद पंजाब दे विच बहुत हाहाकार मची, बल्कि सारी दुनिया विच बैठे गुरु नानक नाम लेवा ने इस नूं बहुत बुरा मनाया। और उस वक्त बादल की सरकार ने फर्जी जिया SIT अकाली दल बादल की सरकार ने भी SIT बिठाई सी, पर वो एक फर्जी इन्वेस्टिगेशन सी। उहदे विच पौने दो साल जिनी देर सुखबीर बादल का राज रहा उन्नी देर तक कोई सिट्टा ना कट सकी, किसी के खिलाफ कोई एक्शन ना ले सकी, और बहुत वड्डा प्रेशर जो पिया सारी गवर्नमेंट के इलेक्शन नेड़े आ गई तो कांग्रेस ने वायदा किया सीगा कि असी इस सारे मसले पर चाहे वह बेअदबी आ चाहे वह बैबल कलां गोलीकांड आदि पर असी इंसाफ देंगे दुनिया भर च बैठे लोगों। अज लोग सभा के नतीजे आ चुके ने और कांग्रेस ने बेअदबी मसला तो बैबल कलां गोलीकांड से रज के जिन्हों कहें कि राजनीति की बहुत व्डे पद्धर से, और इलेक्शन के जितों तक मैं सुनता रहा सारिया तकरीर गुरु ग्रंथ साहब की बेअदबी एक बहुत व्डा मसला सेगा, चाहे वह बठिंडे की चोण सी या होरना सीटा से चोण सी, बहुत व्डा मसला सेगा। और ये काफ़ी व्डे पद्धर के उत्ते सिखा ने एक बार फिर सिख वोटर्स ने कांग्रेस से भरोसा किया, कैप्टन अमरिंदर सिंह की सरकार से भरोसा किया और 8 सीटा कांग्रेस को जिताइया। और ये पहली बार होया शायद कि श्रोमणी अकाली दल जिहड़ी कि असल में सिखा की नुमाइंदा जमात सी किसानां की जमात सीगी उन्हूं 10 सीटा विच्चों केवल 2 सीटा मिलियां बादल के परिवार को हरसिमरत की और सुखबीर बादल की, बाकी जगह पर श्रोमणी अकाली दल जिहड़ा सीगा वह हार गया। और इन्हां नूं किते ना किते मोदी साहब दे करके या कह लो कि अर्बन वोटर करके या शहरां दे विच वोटर करके कुछ राहत मिली। सिलसिला पोलिटिकल पुट्ठा हो गया कि जिहड़े सिख पहलां श्रोमणी अकाली दल ते विश्वास करके वोट पाउंदे सी उन्होंने श्रोमणी अकाली दल नूं तलांजलि दे के ते कैप्टन अमरिंदर सिंह ते भरोसा करके ते कांग्रेस की सरकार ते भरोसा करके एक बार फिर 8 मैंबर पार्लीमेंट पंजाब दे विचों जिताए। और ये रिपीट होया क्योंकि 2017 में भी कैप्टन अमरिंदर सिंह ने यह जिथे गुटका साहब फड़ के 3-4 वड्डे अहम वायदे किए थे उत्थे उन्हां दी स्टार प्रोमिस सी कि साडी सरकार तुसी बन लैण दिओ, असी बैबल कलां गोलीकांड दे दोषियों चाहे वह पुलिस वाले आ चाहे वह उत्ते हुक्म देने वाले ने बादल का परिवार असी उन्हां नूं सज़ा देंगे और जिन्हां लोगों ने बेअदबियां कीतियां असी उन्हां नूं भी सज़ा देंगे। लोग सभा की इलेक्शन खत्म हो गई, कैप्टन अमरिंदर सिंह को 8 सीटा आ गई, वो पंजाबी कहिंदे हुण दे कि तू कौन ते मैं कौन, हुण की हो रहा वा जिहड़ा मैं तुहाडे नाल विचार सांझे करने कि जिहड़ी SIT बनाई सी कैप्टन अमरिंदर सिंह ने जस्टिस रणजीत सिंह कमिशन की रिपोर्ट तो बाद, जस्टिस रणजीत सिंह कमिशन ने बड़ी वॉल्यूमिनस रिपोर्ट बड़ी वड्डी रिपोर्ट एक बड़ी बरीकी की डिटेल में जाके सारी रिपोर्ट दित्ती सी पंजाब सरकार नूं, जिहदे ते पंजाब की विधानसभा दे विच बहुत लंबियां तकरीरां ते बहुत वड्डी चर्चा हुई। और यह फैसला होया सीगा कि असी इस ते लॉजिकल कंकलूजन तक इस रिपोर्ट नूं लैके जावांगे ते दोषियों नूं सज़ा देंगे। पर मैनूं बड़े दुख नाल कहना पैंदा कि जिहड़ी SIT कैप्टन अमरिंदर सिंह ने खुद अपनी सरकार चों अच्छे पुलिस ऑफिसर सिलेक्ट करके बनाई सीगी उस SIT ने कुंवर विजय प्रताप सिंह जिहड़ा IG सी उहदा एक मैंबर आ, हालांकि उहदा एक हैड जिहड़ा मिस्टर भवरा शायद DGP लैवल दे ऑफिसर सीगे ते शायद 5 मैंबर्स की SIT जिहड़ी बनी सी उहदे चों ज़्यादा इंट्रस्ट लैके इन्वेस्टिगेशन कीती सीगी IG कुंवर विजय प्रताप सिंह ने। और उन्हें पहला एक चलान पेश किया इलेक्शन तो पहला, उहदे विच उन्होंने 3-4 पुलिस ऑफिसर्स नूं इंडाइट किया और वह चलान जिहड़ा सीगा वह फरीदकोट की अदालत विच लोक सभा इलेक्शन तो पहला पेश हो गया सीगा। और लोक सभा दे विच आण के अकाली दल खास तौर पर अकाली दल तो मैं कहना नहीं चाहता, अकाली दल तो बहुत अच्छी जमात सी, बादल दे परिवार ने इलेक्शन कमीशन एक बड़ी डिटेल्ड शिकायत बना के कुंवर विजय प्रताप सिंह का तबादला कराता
हालांकि उस वक्त भी कैप्टन अमरिंदर सिंह बहुत स्टैंड लेना चाहिए सी,